ਸਾਡੀ ਆਡੀਅੰਸ ਸਿਨਮੇ ਨੂੰ ਪਤਾ ਨਹੀਂ ਕਦੋਂ ਸਮਝੂ। ਉਹ ਬਾਜ਼ਾਰ ਦੇ ਸੈੱਟ 'ਤੇ ਮੈਂ ਹੱਥੀ 45 ਲੱਖ ਰੁਪਈਆ ਲਾਇਆ, 45 ਲੈਕਸ, 3 ਦਿਨ ਸ਼ੂਟ ਤੋਂ ਬਾਅਦ ਡਿਮੋਲਿਸ਼ ਕਰਤਾ। ਮਤਲਬ ਇਹੋ ਜਿਹੀ ਫਿਲਮ ਸੀਗੀ, ਮਤਲਬ ਪਤਾ ਨਹੀਂ ਮੈਨੂੰ ਕਿਉਂ ਲੋਕਾਂ ਨੇ ਉਹਦਾ ਮੈਨੂੰ ਮਿਲਾਲ ਰਹਿਣਾ ਵਾ ਦਿਲ ਦੇ ਵਿੱਚ। 20 ਕਰੋੜ ਰੁਪਈਆ ਲਾ ਕੇ ਉਹ ਫਿਲਮ ਬਣਾਈ, ਉਹ ਮੈਨੂੰ ਲੱਗਦਾ ਫਿਲਮ ਨਹੀਂ ਸੀ, ਇੱਕ ਮੇਲਾ ਸੀ। ਸਾਡੀ ਆਡੀਅੰਸ ਸਿਨਮੇ ਨੂੰ ਪਤਾ ਨਹੀਂ ਕਦੋਂ ਸਮਝੂਗੀ। ਮੌੜ ਮੈਂ 2023 'ਚ ਇੱਕੋ ਹੀ ਫਿਲਮ ਕੀਤੀ, ਮੌੜ ਬਸ, ਜਿਹਨੂੰ ਮੈਂ ਕਹਿ ਲਵਾਂ ਬਈ ਹੋਰ ਮੈਂ ਕੋਈ ਪ੍ਰੋਜੈਕਟ ਕਰ ਹੀ ਨਹੀਂ ਸਕਿਆ। ਉਹ ਐਡਾ ਵੱਡਾ ਪ੍ਰੋਜੈਕਟ ਸੀਗਾ। ਮੈਂ ਉਹ ਸੈੱਟ ਦੀ ਗੱਲ ਕਰਨ ਲੱਗਾ ਜੀ ਤੁਹਾਡੇ ਨਾਲ, ਅਤੇ ਕਈ ਵਾਰੀ ਮੈਨੂੰ ਐਂ ਹੁੰਦਾ ਸੀ ਕਿ ਮੈਨੂੰ 350 ਦਾ ਕਰਿਊ, 400 ਦਾ ਕਰਿਊ ਕਈ ਵਾਰੀ ਹੋ ਜਾਂਦਾ ਸੀਗਾ। ਬੰਦਿਆਂ ਦੀ ਸ਼ਕਲ ਵੇਖਿਆ ਵੀ ਤੂੰ ਹਜੇ ਗਿਆ ਨਹੀਂ, ਉਹ 15 ਦਿਨ ਬਾਅਦ ਬੰਦੇ ਨੂੰ ਮਿਲਦਾ। ਸਰ ਮੈਂ ਉਹ ਵਾਲੇ ਸੈੱਟ 'ਤੇ ਕੰਮ ਕਰ ਰਿਹਾ ਸੀ, ਸਰ ਮੈਂ ਉਹ ਜੰਗਲ ਵਾਲੇ ਸੈੱਟ 'ਤੇ ਕੰਮ ਕਰ ਰਿਹਾ ਸੀ, ਸਰ ਮੇਰੀ ਡਿਊਟੀ ਘੋੜਿਆਂ 'ਚ ਲੱਗੀ ਹੋਈ ਸੀ। ਮਤਲਬ ਉਹ ਮੈਨੂੰ ਲੱਗਦਾ ਫਿਲਮ ਨਹੀਂ ਸੀ, ਇੱਕ ਮੇਲਾ ਸੀ। ਸਾਡੀ ਰਿਦਮ ਬੋਏ ਦੀ ਇੱਕ ਬੜਾ ਵੱਡਾ ਡਰੋਬੈਕ ਹੈ ਕਿ ਉਹ ਮੇਕਿੰਗ ਨਹੀਂ ਪਾਉਂਦੇ। ਉਹਦੀ ਮੇਕਿੰਗ ਪੈ ਜਾਵੇ ਨਾ, ਅਤੇ ਮੈਨੂੰ ਲੱਗਦਾ ਫਿਲਮ ਤੋਂ ਵੱਧ ਮੇਕਿੰਗ ਚੱਲ ਜੂਗੀ ਉਹ ਫਿਲਮ ਦੀ, ਜਿੰਨਾ ਸੈਟਅਪ ਹੈ। ਉਹ ਬਾਜ਼ਾਰ ਦਾ ਸੈੱਟ ਮੈਂ ਦੱਸਦਾ, ਜਿਹੜਾ ਬਾਜ਼ਾਰ ਜਿਸ ਦੀ ਫਿਲਮ ਵੇਖੀ ਹੋਵੇ, ਉਹ ਬਾਜ਼ਾਰ ਦੇ ਸੈੱਟ 'ਤੇ ਮੈਂ 45 ਲੱਖ ਰੁਪਈਆ ਲਾਇਆ, 45 ਲੈਕਸ, 3 ਦਿਨ ਸ਼ੂਟ ਤੋਂ ਬਾਅਦ ਡਿਮੋਲਿਸ਼ ਕਰਤਾ। ਮਤਲਬ ਇਹੋ ਜਿਹੀ ਫਿਲਮ ਸੀਗੀ, ਮਤਲਬ ਪਤਾ ਨਹੀਂ ਮੈਨੂੰ ਕਿਉਂ ਲੋਕਾਂ ਨੇ ਉਹਦਾ ਮੈਨੂੰ ਮਿਲਾਲ ਰਹਿਣਾ ਵਾ ਦਿਲ ਦੇ ਵਿੱਚ। ਉਹਦੇ 'ਚ ਕੋਈ ਚੀਜ਼ ਸਿੱਖਣ ਨੂੰ ਮਿਲੀ? ਉਸ ਫਿਲਮ 'ਚ ਮੈਨੂੰ ਸਿੱਖਣ ਨੂੰ ਇਹ ਮਿਲਿਆ ਕਿ ਸਾਡੀ ਆਡੀਅੰਸ ਅਜੇ ਐਡੀ ਮਚਿਓਰ ਨਹੀਂ ਹੋਈ ਕਿ ਐਡੇ ਵੱਡੇ ਐਡੇ ਲੈਵਿਸ਼ ਟੋਪਿਕ ਨੂੰ ਉਹ ਅਸੈਪਟ ਕਰ ਸਕੇ। ਮੈਨੂੰ ਐਂ ਲੱਗਿਆ ਕਿ 20 ਕਰੋੜ ਰੁਪਈਆ ਲਾ ਕੇ ਉਹ ਫਿਲਮ ਬਣਾਈ, ਅਤੇ ਬਾਅਦ 'ਚ ਅਸੀਂ ਤਰਲੇ ਕੱਢ ਰਹੇ ਲੋਕਾਂ ਦੇ ਵੀ ਵੇਖਣ ਜਾਓ, ਵੇਖਣ ਜਾਓ, ਵੇਖਣ ਜਾਓ। ਹਾਲਾਂਕਿ ਇੱਕ ਇਹੋ ਜਿਹੇ ਵਾਰੀਅਰ ਦੀ ਫਿਲਮ ਜਿਹਨੂੰ ਅਸੀਂ ਰੋਬਿਨ ਹੁੱਡ ਕਹਿੰਦੇ ਹਾਂ, ਹੈ ਨਾ। ਉੱਧਰ ਸਾਡੇ ਨਾਲ ਦੇ ਮੁਲਕ 'ਚ ਇੱਕ ਬੰਦੇ ਨੇ ਫਿਲਮ ਬਣਾਈ ਮੌਲਾ ਜੱਟ, ਉਹ ਵੀ ਸੇਮ ਕਰੈਕਟਰ ਸੀ ਇੱਦਾਂ ਦਾ ਹੀ। ਬਟ ਉਹਨਾਂ ਨੇ ਕਿਹਾ, ਮਤਲਬ ਉਹ ਫਿਲਮ ਨੇ ਰੀਚ ਕੀਤੀ ਆ, ਹੈ ਨਾ। ਸੋ ਬੇਸਿਕਲੀ ਸੋਚ ਉਹੋ ਹੀ ਸੀਗੀ ਕਿ ਯਾਰ ਇੱਧਰ ਇੱਕ ਹੋਇਆ ਵਾ ਬੰਦਾ ਵੀ ਜਿਹੜੇ ਸਾਰੀ ਜ਼ਿੰਦਗੀ ਕਹਿੰਦਾ ਰਿਹਾ ਕਿ ਮੈਂ ਡਾਕੂ ਨਹੀਂ ਬਣਨਾ, ਮੈਂ ਮਰ ਮੇਰਾ ਨਾਂ ਜੀਵਨ ਸਿੰਘ ਹੈ, ਮੈਂ ਜੀਉਣ ਵਾਸਤੇ ਆਇਆ, ਮੈਂ ਮਰਨਾ ਨਹੀਂ। ਅਤੇ ਇੱਕ ਭਰਾ ਦੇ ਵੱਜੇ ਹੋਏ ਮਿਹਣੇ ਨੇ ਵੀ ਜੇ ਮੇਰੀ ਮਾਂ ਦਾ ਦੁੱਧ ਪੀਤਾ ਤਾਂ ਮੇਰਾ ਬਦਲਾ ਲੈ ਲਾ। ਉਸ ਬੰਦੇ ਨੇ ਉਹਨੂੰ ਕਿੱਥੇ ਲਿਆ ਕੇ ਖੜਾ ਕਰਤਾ? ਫਿਰ ਉਹ ਇਹੋ ਜਿਹਾ ਚੱਲਿਆ ਕਿ ਉਹਨੇ ਅੰਗਰੇਜ਼ਾਂ ਦੀ ਨੱਕ 'ਚ ਦਮ ਕਰਤਾ। ਜੇ ਇਹੀ ਸਵਾਲ ਮੈਂ ਦੇਵ ਕਰੋੜ ਭਾਜੀ ਕੋਲ ਪੁੱਛਦਾ ਨਾ, ਉਹਨਾਂ ਨੇ ਕਹਿਣਾ ਸੀਗਾ ਕਿ 2023 ਮੇਰੇ ਵਾਸਤੇ ਬਹੁਤ ਵਧੀਆ ਰਿਹਾ, ਕਿਉਂਕਿ ਮੇਰੇ ਖਿਆਲ ਤੋਂ ਉਹਨਾਂ ਦੇ ਕਰੈਕਟਰ ਨੇ ਬਹੁਤ ਛਾਪ ਛੱਡੀ ਆ। ਬਹੁਤ ਜੋ ਵੀ ਕੰਪਲੀਕੇਸ਼ਨਸ ਆਈਆਂ ਉਸ ਟਾਈਮ ਦੇ ਦੌਰਾਨ, ਉਹ ਸਾਰੇ ਜਾਣਦੇ ਆ ਐਕਚੁਅਲ 'ਚ ਰੀਜ਼ਨ ਲੋਕਾਂ ਵੱਲੋਂ ਕੀ ਸੀਗਾ। ਬਟ ਮੈਂ ਇਹ ਚੀਜ਼ ਕਹਿਣਾ ਚਾਹੁੰਗਾ ਕਿ ਬੜੇ ਵੱਡੇ ਵੱਡੇ ਬਜਟ ਦੀਆਂ ਫਿਲਮਾਂ ਪਿੱਟਦੀਆਂ ਨੇ ਬਾਲੀਵੁੱਡ 'ਚ। ਆਪਣੇ ਸਿਨੇਮਾ ਵਾਸਤੇ ਇੱਕ ਬੜਾ ਵੱਡਾ ਸਟੈਪ ਸੀਗਾ ਕਿ 20 ਕਰੋੜ ਦੀ ਫਿਲਮ ਨੂੰ ਬਣਾਉਣਾ, ਉਸ ਤੋਂ ਬਾਅਦ ਉਹਦਾ ਸਡਨਲੀ ਪਿੱਟ ਜਾਣਾ। ਬਟ ਇਟ ਡਜ਼ਨਟ ਮੀਨ ਕਿ ਆਡੀਅੰਸ ਦੀ ਪਰਸੈਪਸ਼ਨ ਦੇ ਨਾਲ ਅਸੀਂ ਉਹ ਦੁਬਾਰਾ ਸਿਨੇਮਾ ਉਹਦਾ ਰੀਕ੍ਰੀਏਟ ਨਹੀਂ ਹੋਏਗਾ। ਨਹੀਂ ਹੋਊਗਾ, ਹੋਏਗਾ, ਬਟ ਆਈ ਥਿੰਕ ਜਿਹੜੀਆਂ ਕਮੀਆਂ ਲੋਕਾਂ ਵੱਲੋਂ ਸੀਗੀਆਂ ਆਈ ਥਿੰਕ ਕਲੀਅਰ ਕੀਤੀਆਂ ਜਾਣਗੀਆਂ। ਯਾਰ ਹਾਂ, ਮੈਨੂੰ ਐਂ ਲੱਗਦਾ ਕਿ ਲੋਕ ਹਜੇ ਹਿਸਟਰੀ ਨਾਲ ਜੁੜਨਾ ਹੀ ਨਹੀਂ ਚਾਹੁੰਦੇ, ਇਤਿਹਾਸ ਵਾਲੇ ਪਾਸੇ ਨੂੰ ਹਜੇ ਆਉਣਾ ਹੀ ਨਹੀਂ ਚਾਹੁੰਦੇ।